ਹੋ ਸੜਕ ਤੇ ਐਕਸੀਡੈਂਟ ਚ ਬਹੁਤੇ ਲੋਕੀ ਮਰਦੇ ਸੀ, ਜੁਰਮਾਨਾ ਕੱਟ ਚਲਾਣ ਦਸੀ ਉਹ ਕਿੱਥੇ ਡਰਦੇ ਸੀ। ਹੋ ਨਵੇਂ ਕਾਨੂੰਨ ਦੇ ਲਾਗੂ ਦਾ ਐਲਾਨ ਹੋ ਗਿਆ ਏ, ਉਹ ਫਿਰ ਨਾ ਕਹਿਣਾ। ਚੰਡੀਗੜ੍ਹ ਪੁਲਿਸ ਦੇ ਥਾਣੇਦਾਰ ਨੇ ਲੋਕਾਂ ਨੂੰ ਟ੍ਰੈਫਿਕ ਨਿਯਮ ਨਾ ਤੋੜਨ ਸੰਬੰਧੀ ਜਾਗਰੂਕ ਕਰਨ ਲਈ ਗਾਣਾ ਲਿਖਿਆ। ਜੀ ਹਾਂ, ਚੰਡੀਗੜ੍ਹ 'ਚ ASI ਭੁਪਿੰਦਰ ਸਿੰਘ ਨੇ ਡਰਾਈਵਰਾਂ ਨੂੰ ਸੜਕ ਸੁਰੱਖਿਆ ਤੇ ਪੰਜਾਬੀ ਭਾਸ਼ਾ 'ਚ ਗਾਣਾ ਲਿਖ ਨਿਯਮਾਂ ਨੂੰ ਤੋੜ ਭਾਰੀ ਚਲਾਨ ਤੋਂ ਬਚਣ ਦੀਆਂ ਹਦਾਇਤਾਂ ਦਿੱਤੀਆਂ ਨੇ। ਚੰਡੀਗੜ੍ਹ ਟ੍ਰੈਫਿਕ ਪੁਲਿਸ 'ਚ ਤਾਇਨਾਤ ਭੁਪਿੰਦਰ ਸਿੰਘ ਦੇ ਗਾਣੇ ਨੂੰ ਟਵਿੱਟਰ ਤੇ ਫੇਸਬੁੱਕ ਤੇ ਸ਼ੇਅਰ ਕੀਤਾ ਗਿਆ। ਇਸ 'ਚ ਉਹਨਾਂ ਨੇ ਲੋਕਾਂ ਨੂੰ ਨਿਯਮ ਨਾ ਤੋੜਨ ਲਈ ਤੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵਹੀਕਲ ਨਾ ਚਲਾਉਣ ਦੀ ਸਲਾਹ ਦਿੱਤੀ ਹੈ, ਕਿਉਂਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਵਾਹਨ ਚਲਾਉਣਾ ਉਹਨਾਂ ਦੇ ਮਾਪਿਆਂ ਲਈ ਭਾਰੀ ਸਾਬਤ ਹੋ ਸਕਦਾ ਹੈ। ਇਸ ਤੋਂ ਪਹਿਲਾਂ ਵੀ ਭੁਪਿੰਦਰ ਸਿੰਘ ਗਾਣੇ ਰਾਹੀਂ ਚੰਡੀਗੜ੍ਹ ਦੇ ਨੌਜਵਾਨਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਹਦਾਇਤਾਂ ਦੇ ਚੁੱਕੇ ਨੇ। ਚੰਡੀਗੜ੍ਹ 'ਚ ਨਵਾਂ ਮੋਟਰ ਬਿੱਲ 1 ਸਤੰਬਰ ਤੋਂ ਲਾਗੂ ਹੋ ਚੁੱਕਿਆ ਹੈ। ਇਸ 'ਚ ਨਿਯਮ ਤੋੜਨ ਤੇ ਭਾਰੀ ਜੁਰਮਾਨੇ ਲਾਗੂ ਕੀਤੇ ਗਏ ਨੇ। ਇਸ ਤਹਿਤ ਦੇਸ਼ ਦੇ ਕਈ ਹਿੱਸਿਆਂ 'ਚ ਟ੍ਰੈਫਿਕ ਪੁਲਿਸ ਲੋਕਾਂ ਦੇ ਚਲਾਨ ਵੀ ਕੱਟ ਰਹੀ ਹੈ। ਹੋ ਸੜਕ ਤੇ ਐਕਸੀਡੈਂਟ 'ਚ ਬਹੁਤੇ ਲੋਕੀ ਮਰਦੇ ਸੀ, ਜੁਰਮਾਨਾ ਕੱਟ ਚਲਾਣ ਦਸੀ ਉਹ ਕਿੱਥੇ ਡਰਦੇ ਸੀ। ਹੋ ਨਵੇਂ ਕਾਨੂੰਨ ਦੇ ਲਾਗੂ ਦਾ ਐਲਾਨ ਹੋ ਗਿਆ ਏ, ਉਹ ਫਿਰ ਨਾ ਕਹਿਣਾ, ਉਹ ਫਿਰ ਨਾ ਕਹਿਣਾ, ਮਹਿੰਗਾ ਬੜਾ ਚਲਾਨ ਹੋ ਗਿਆ ਏ, ਰਸੋਈ ਘਰ ਵਿੱਚ ਰਾਸ਼ਨ ਦਾ ਨੁਕਸਾਨ ਹੋ ਗਿਆ ਏ, ਉਹ ਫਿਰ ਨਾ ਕਹਿਣਾ, ਮਹਿੰਗਾ ਬੜਾ ਚਲਾਨ ਹੋ ਗਿਆ ਏ। ਹੋ ਸੜਕ ਤੇ ਐਕਸੀਡੈਂਟ ਦਾ ਨਾ ਕੋਈ ਖਤਰਾ ਹੋਵੇਗਾ, ਕਾਨੂੰਨ ਤੋੜਨ ਵਾਲਾ ਤੇ ਹੁਣ ਹਰ ਥਾਂ ਰੋਵੇਗਾ, ਕਾਨੂੰਨ ਤੋੜਨ ਵਾਲਾ ਤਾਂ ਹੁਣ ਹਰ ਕੋਈ ਰੋਵੇਗਾ। ਹੋ ਸਭ ਦੀ ਜਾਨ ਬਚਾਉਣੀ ਆ ਫਰਮਾਨ ਹੋ ਗਿਆ ਏ, ਉਹ ਫਿਰ ਨਾ ਕਹਿਣਾ, ਉਹ ਫਿਰ ਨਾ ਕਹਿਣਾ, ਮਹਿੰਗਾ ਬੜਾ ਚਲਾਨ ਹੋ ਗਿਆ ਏ, ਰਸੋਈ ਘਰ ਵਿੱਚ ਰਾਸ਼ਨ ਦਾ ਨੁਕਸਾਨ ਹੋ ਗਿਆ ਏ। ਉਹ 18 ਸਾਲ ਤੋਂ ਘੱਟ ਉਮਰ ਨਾ ਬਾਈਕ ਚਲਾਇਓ ਜੀ, ਉਹ 18 ਸਾਲ ਤੋਂ ਘੱਟ ਉਮਰ ਨਾ ਬਾਈਕ ਚਲਾਇਓ ਜੀ, ਉਹ 3-3 ਸਾਲ ਦੀ ਮਾਂ ਪਿਓ ਨੂੰ ਨਾ ਕੈਦ ਕਰਾਇਓ ਜੀ, ਉਹ 25,000 ਜੁਰਮਾਨੇ ਦਾ ਐਲਾਨ ਹੋ ਗਿਆ ਏ, ਫਿਰ ਨਾ ਕਹਿਣਾ, ਹਾਂ ਉਹ ਫਿਰ ਨਾ ਕਹਿਣਾ, ਮਹਿੰਗਾ ਬੜਾ ਚਲਾਨ ਹੋ ਗਿਆ ਏ, ਰਸੋਈ ਘਰ ਵਿੱਚ ਰੋਸ਼ਨ ਦਾ ਨੁਕਸਾਨ ਹੋ ਗਿਆ ਏ। ਹੋ ਭੁਪਿੰਦਰ ਕਹਿੰਦਾ ਸੜਕਾਂ ਤੇ ਬੜਾ ਖੂਨ ਹੜਲਦਾ ਸੀ, ਹੋ ਭੁਪਿੰਦਰ ਕਹਿੰਦਾ ਸੜਕਾਂ ਤੇ ਬੜਾ ਖੂਨ ਹੜਲਦਾ ਸੀ, ਹਰ 4 ਮਿੰਟ ਦੇ ਬਾਅਦ ਸੜਕ ਤੇ ਬੰਦਾ ਰੁੜਦਾ ਸੀ, ਹੋ ਭਾਰਤ ਦੀਆਂ ਸੜਕਾਂ ਤੇ ਲੱਖਾਂ ਜਵਾਨ ਖੋ ਗਿਆ ਏ, ਫਿਰ ਨਾ ਕਹਿਣਾ, ਹੋ ਫਿਰ ਨਾ ਕਹਿਣਾ, ਮਹਿੰਗਾ ਬੜਾ ਚਲਾਨ ਹੋ ਗਿਆ ਏ, ਰਸੋਈ ਘਰ ਵਿੱਚ ਰਾਸ਼ਨ ਦਾ ਨੁਕਸਾਨ ਹੋ ਗਿਆ ਏ। ਉਹ ਰੂਲ ਤੋੜਨ ਹਾਏ ਹੋਏ ਰੂਲ ਤੋੜਨ ਵਾਲਾ ਤਾਂ ਹੈਰਾਨ ਹੋ ਗਿਆ। ਆਪ ਜੀ ਦੇਖ ਰਹੇ ਹੋ ਪਟਿਆਲਾ TV, ਪਟਿਆਲਾ TV ਜੋੜੇ ਆਪ ਜੀ ਨੂੰ ਸੋਹਣੇ ਪੰਜਾਬ ਅਤੇ ਦੇਸ਼ ਨਾਲ। ਹਮੇਸ਼ਾ ਦੇਖਦੇ ਰਹੋ ਪਟਿਆਲਾ TV।